ਇਹ ਟਾਲੀ ਦੀ ਜੜ ਪਈ ਸੀਗੀ ਆਪਣੇ ਘਰੇ। ਆਹ ਉੱਲੂ ਟਾਇਰ ਦਾ ਬਣਾਇਆ ਵਾ, ਆਹ ਜਿਹੜੀ ਕੁਰਸੀ ਹੈ ਜੀ ਇਹ ਵੀ ਟਾਇਰ ਦੀ ਬਣਾਈ ਹੋਈ ਹੈ। ਇਹ ਆਪਣੇ ਘਰੇ ਨਿੰਮ ਸੀਗੀ, ਉਹ ਸੁੱਕ ਗਈ, ਇਹ ਜਾਨਵਰ ਦਾ ਅਸਲੀ ਦਾ ਖੁੱਡਾ ਕੱਢਿਆ, ਫਿਰ ਮੈਂ ਉਹ ਬਣਾ ਕੇ ਇਹਦੇ ਉੱਤੇ ਲਾਤਾ। ਖਰਾਬ ਹੋਈਆਂ ਪ੍ਰਿਸਾਂ ਜੀ ਆਹ, ਆਹ ਵੀ ਮੈਟ ਦਾ ਬਣਾਇਆ ਪਸ਼ੂਆਂ ਵਾਲੇ ਦਾ, ਇਹ ਬਾਜ ਬਣਾਇਆ ਵਾ ਇਹ ਟਾਇਰ ਦਾ। ਜਿਹੜੇ ਜਾਨਵਰ ਮੰਨ ਲਓ ਲੋਪ ਹੁੰਦੇ ਜਾਂਦੇ ਆ ਜੀ, ਬੱਚਿਆਂ ਨੂੰ ਨਹੀਂ ਪਤਾ, ਉਹ ਜੇ ਫਿਰ ਮੈਂ ਬਣਾ ਕੇ ਰੱਖ ਲੈਂਦਾ ਜੀ। ਇਹ ਜਿਹੜਾ ਇਹ ਲੱਕੜ ਦਾ, ਜਿਹਨੂੰ ਪਹਿਲਾਂ ਵੁੱਡ ਪੈਕਰ ਵੀ ਕਹਿ ਦਿੰਦੇ ਆ, ਆਮ ਪਿੰਡਾਂ ਦੇ ਵਿੱਚ ਲੱਕੜਹਾਰਾ ਕਹਿੰਦੇ ਹੁੰਦੇ ਜੀ, ਅਤੇ ਉਹ ਦੋ ਲੱਕੜ ਦੇ ਵਿੱਚੋਂ ਉਹਦੇ ਬੱਚੇ ਆ, ਉਹ ਮੂੰਹ ਕੱਢੀ ਜਾਂਦੇ ਆ ਬਾਹਰ, ਉਹ ਚੋਗਾ ਦਿੰਦਾ ਉਹਨਾਂ ਨੂੰ। ਉੱਪਰ ਆ ਜਿਹੜਾ ਉਹ ਪੁਰਾਣੇ ਲੈਂਪ ਦਾ ਥੱਲਾ ਜੀ, ਉਹਦੇ ਵਿੱਚ ਲਾਈਟ ਲਾਈ ਗਈ। ਇਹ ਵੀ ਲੱਕੜ ਦਾ ਬਣਾਇਆ ਵਾ ਜੀ, ਦੂਤ ਦੀ ਲੱਕੜ ਦਾ, ਇਹਦੇ ਵਿੱਚ ਲਾਈਟਾਂ ਜਾਗਦੀਆਂ, ਆਪਣੀ ਏ ਸੀ ਦੇ ਨਾਲ ਆਉਂਦੀ ਹੁੰਦੀ ਆ ਥਰਮਾਕੂਲ ਜੀ। ਤੌਲੀਆਂ ਨੂੰ ਸੀਮੈਂਟ ਦੇ ਵਿੱਚ ਮੰਨ ਲਓ ਵੀ ਲਵੇੜ ਕੇ ਬਾਲਟੀ ਦੇ ਉੱਪਰ ਪਾਤਾ, ਅਤੇ ਜਦੋਂ ਉਹ ਸੁੱਕ ਗਿਆ ਫਿਰ ਉਹਦੇ ਉੱਤੇ ਪੇਂਟ ਕਰਤਾ ਜੀ। ਇਸ ਵਕਤ ਮੈਂ ਖੜ੍ਹਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਫੂਲੇਵਾਲਾ ਵਿੱਚ, ਅਤੇ ਇੱਥੇ ਮੇਰੇ ਨਾਲ ਨੇ ਡਾਕਟਰ ਜਗਸੀਰ ਸਿੰਘ। ਡਾਕਟਰ ਜਗਸੀਰ ਸਿੰਘ ਨੇ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਬਣਾਈਆਂ ਨੇ ਜਿਹੜੀਆਂ ਦੇਖ ਕੇ ਬੰਦੇ ਦਾ ਮਤਲਬ ਮਨ ਆ ਜਿਹੜਾ ਉਹ ਆਸ਼ਾ ਸ਼ਿਕਾਰ ਉੱਠਦਾ, ਅਤੇ ਉਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਉਸ ਤਰ੍ਹਾਂ ਦੇ ਸਮਾਨ ਤੋਂ ਬਣਾਈਆਂ ਨੇ ਜਿਨ੍ਹਾਂ ਨੂੰ ਆਪਾਂ ਘਰ ਦੇ ਵਿੱਚ ਫਾਲਤੂ ਸਮਝ ਕੇ ਸੁੱਟ ਦਿੰਦੇ ਹਾਂ। ਇਹ ਬਹੁਤ ਸ਼ਾਨਦਾਰ ਚੀਜ਼ਾਂ ਨੇ ਡਾਕਟਰ ਸਾਹਿਬ, ਇਹਦੇ ਬਾਰੇ ਦੱਸੋ ਪਹਿਲਾਂ ਵੀ ਇਹ ਕੀ ਚੀਜ਼ ਹੈ। ਅਤੇ ਇਹ ਟਾਇਰ ਦੀ ਕੁਰਸੀ ਬਣਾਈ ਹੈ ਜੀ, ਇਹ ਮੰਨ ਲਓ ਟਰੈਕਟਰ ਦਾ ਟਾਇਰ ਸੀਗਾ, ਅਤੇ ਇਹ ਪਿਆ ਸੀ ਬਹੁਤ ਟਾਈਮ ਦਾ, ਕਬਾੜੀਏ ਵੀ ਨਹੀਂ ਲੈਂਦੇ ਸੀ, ਅਤੇ ਆਹ ਇਹਦੇ ਵਿੱਚ ਕੋਈ ਆਪਾਂ ਚੀਜ਼ ਰੱਖ ਵੀ ਸਕਦੇ ਹਾਂ, ਸਟੋਰ ਹੈ। ਹਾਂ, ਸਟੋਰ ਬਣ ਗਿਆ। ਇਹਦੇ ਉੱਤੇ ਗੱਦੀ ਲਾਤੀ, ਅਤੇ ਆਹ ਬੈਕ ਸਾਈਡ ਦੇ ਉੱਤੇ ਆਹ ਟਾਇਰ ਦੂਈ ਆਹ ਲਾਈ ਵੀ, ਆਹ ਲੱਕੜ ਆ, ਅਤੇ ਲੱਕੜਾਂ ਆਪਣੇ ਆਪ ਘਰੇ ਪਈਆਂ ਸੀ ਉਹਨਾਂ ਦੇ, ਬਣਾ ਕੇ ਆਪ ਹੀ ਚੀਰ ਕੇ ਅਤੇ ਆਪ ਹੀ ਲਾ ਦੀਆਂ। ਇਹਦੇ 'ਚ ਮੁੱਲ ਦੀ ਚੀਜ਼ ਕੋਈ ਨਹੀਂ, ਮੁੱਲ ਦੀ ਚੀਜ਼ ਆ ਰੱਛਾ, ਮੰਨ ਲਓ ਇਹ ਪਹਿਲਾਂ ਮੁੱਲ ਲਿਆਂਦਾ ਸੀ ਪਰ ਘਰੇ ਇਹ ਵੀ ਵਾਧੂ ਪਿਆ ਸੀ। ਇਹ ਟਾਇਰ ਪਏ ਸੀਗੇ ਜੀ ਫਾਲਤੂ, ਇਹ ਗੱਡੀ ਦੇ ਟਾਇਰ ਸੀਗੇ, ਇਹਦਾ ਗਮਲੇ ਬਣਾਤੇ, ਇਹਨੂੰ ਮੰਨ ਲਓ 5 ਸਾਲ ਹੋ ਗਏ ਹੋਣਗੇ ਬਣਾਇਆ ਨੂੰ। ਕਲਰ ਵੀ ਹਜੇ ਇਹਦੇ ਉੱਤੇ ਵਧੀਆ ਪਿਆ, ਬਾਕੀ ਆਹ 5 ਸਾਲਾਂ ਦੇ ਹੀ ਇਹ ਆ। ਇਹ ਸਕੂਟਰ ਦੇ ਟਾਇਰ ਦੇ ਬਣਾਏ ਹੋਏ ਆ, ਇਹ ਬਣਾ ਕੇ ਇਹਦੇ ਵਿੱਚ ਆ ਬੂਝੇ ਲਾਤੇ, ਇਹ ਵੀ ਟਾਇਰ ਦੇ ਆ। ਇਹ ਹੁਣ ਮੰਨ ਲਓ ਵੀ ਰੁੱਤ ਗਈ, ਇਹਦੇ 'ਚ ਸਿਆਲ ਵਾਲੇ ਬੂਝੇ ਲਾਏ ਹੋਏ ਸੀ, ਬਰਫ਼ ਵਾਲੇ ਫੁੱਲ, ਬਹੁਤ ਵਧੀਆ ਫੁੱਲ ਲੱਗੇ ਸੀ ਉਹਨਾਂ ਨੂੰ। ਅਤੇ ਉਹ ਪਾਈਪਾਂ ਉਹ ਵੀ ਘਰੇ ਸੀਗੀਆਂ, ਉਹਨਾਂ ਤੋਂ ਵੱਢ ਕੇ ਬਣਾਇਆ, ਉਹਦੇ ਵਿੱਚ ਵੀ ਹੁਣ ਪੌਦੇ ਦੁਬਾਰੇ ਨਵੇਂ ਲਾਉਣ ਵਾਲੇ ਆ। ਇਹ ਵੀ ਗੱਡੀ ਦੇ ਟਾਇਰ ਦਾ ਬਣਾਇਆ ਵਾ ਜੀ, ਕਾਰ ਦੇ ਟਾਇਰ ਦਾ, ਇਹ ਜਿਹੜਾ ਖੂਹ ਜਿਹਾ ਬਣਾਇਆ ਇਹਦੇ ਵਿੱਚ, ਸਾਈਕਲ ਦੇ ਟਾਇਰ ਦਾ ਉੱਲੂ ਬਣਾਇਆ ਵਾ ਜਿਹੜਾ ਇਹਦੇ ਵਿੱਚ ਬੈਠਾ। ਇਹ ਬਗਲੇ, ਇਹ ਬਗਲੇ ਬਣਾਏ ਆ ਜੀ, ਇਹ ਮੋਟਰਸਾਈਕਲ ਦੇ ਟਾਇਰ ਦੇ ਆ, ਅਤੇ ਲੱਤਾਂ ਇਹਨਾਂ ਦੀਆਂ ਜਿਹੜੀਆਂ ਉਹ ਸਰਗਿਆਂ ਦੀਆਂ, ਜਿਹੜੇ ਗੁੱਟਕਿਆਂ 'ਤੇ ਲਾਏ ਹੋਏ ਆ ਆਪਣੇ ਘਰੇ, ਆਮ ਲੱਕੜ ਦੇ ਗੁੱਟ ਕੇ ਵਾਧੂ ਪਏ ਹੁੰਦੇ ਆ ਉਹਨਾਂ ਦੇ ਉੱਤੇ ਲਾਏ ਹੋਏ ਆ। ਦਰਖਤ ਦੀ ਜੜ ਪਈ ਸੀ, ਇਹਦੇ 'ਤੇ ਮੈਂ ਪਾਲਸ ਮਾਰ ਕੇ ਸਾਫ਼ ਕਰਕੇ ਇਹਨੂੰ, ਅਤੇ ਉੱਤੇ ਆ ਘੜਾ ਰੱਖਤਾ। ਇਹ ਟਾਲੀ ਦੀ ਜੜ ਪਈ ਸੀਗੀ ਆਪਣੇ ਘਰੇ, ਅਤੇ ਉਹਦਾ ਵਿਚਾਲਿਓਂ ਵੱਢ ਕੇ, ਅਤੇ ਆਹ ਜਿਹੜਾ ਇਹਦਾ ਇੱਥੇ ਤਣਾ ਸੀਗਾ ਉਹ ਇੱਧਰ ਲਾਤਾ, ਮੰਨ ਲਓ ਵੀ ਆਹ ਲਿਆ ਕੇ ਉੱਤੇ ਆ ਰੈਕਸ਼ਨ ਜੀ, ਆਪ ਹੀ ਇਹਦੇ ਉੱਤੇ ਜੜਤੀ ਮੈਂ, ਅਤੇ ਵਿੱਚ ਇਹਦੇ ਥਰਮਾਕੂਲ ਪਾਤੀ। ਅਤੇ ਲੱਕੜ ਮੰਨ ਲਓ ਵਾਧੂ ਹੀ ਸੀਗੀ, ਅਤੇ ਇਹਨੂੰ ਆਰੇ 'ਤੇ ਚਰਾ ਕੇ ਮਚਾ ਦੇਣਾ ਸੀਗਾ, ਜਾਂ ਸਿਆਲ ਦੇ ਵਿੱਚ ਅੱਗ ਲਾ ਕੇ ਫੂਕ ਲੈਂਦੇ। ਅਤੇ ਜੇ ਆਪਾਂ ਇਹ ਕਿਸੇ ਐਂਟੀਕ ਫਰਨੀਚਰ ਵਾਲੀ ਦੁਕਾਨ ਤੋਂ ਖਰੀਦਣਾ ਹੋਵੇ ਤਾਂ ਇਹੀ 10-15 ਹਜ਼ਾਰ ਦਾ, ਬਾਕੀ ਮਿਲਦਾ ਵੀ ਨਹੀਂ? ਮਿਲਦਾ ਵੀ ਨਹੀਂ? ਹਾਂ, ਜੇ ਮਿਲਿਆ ਤਾਂ ਉਹ ਆਪਦੀ ਮਰਜ਼ੀ ਨਾਲ ਦੇਣਗੇ। ਇਹ ਵੀ ਬਾਂਸ ਦੀ, ਮੰਨ ਲਓ ਜਿਹੜੀਆਂ ਬਾਂਸ ਦੀਆਂ ਟੋਰੀਆਂ ਹੁੰਦੀਆਂ ਜੀ, ਉਹ ਤੋਂ ਬਣਾਈ ਵੀ ਆ, ਇਹ ਝੋਪੜੀ ਬਣਾਈ ਆ। ਆਹ ਜਿਹੜੀਆਂ ਲਾਈਟਾਂ ਲੱਗੀਆਂ ਇਹ ਊ ਮੁੱਲ ਲੈ ਕੇ ਲਾਈਆਂ ਵੀ ਆ। ਆਹ ਜਿਹੜਾ ਹੈਗਾ ਜੀ ਬਾਜ, ਇਹ ਟਾਇਰ ਦਾ ਹੀ ਬਣਾਇਆ ਵਾ,
ਟਾਇਰ ਦੇ ਉੱਤੇ ਟੂਬ ਦੇ ਕੱਟ ਕੱਟ ਕੇ ਇਹਦੇ ਆਹ ਪਰ ਬਣਾਏ ਹੋਏ ਆ। ਇਹ ਤੋਤਾ ਜੀ, ਇਹ ਤੋਤਾ ਬਣਾਇਆ ਵਾ ਟਾਇਰ ਦਾ, ਮੋਟਰਸਾਈਕਲ ਦੇ ਟਾਇਰ ਦੇ ਹੀ ਹੈ ਵੀ। ਆਹ ਜਿਹੜੀ ਇਹਦੀ ਇੰਨੀ ਚੀਜ਼ ਆ, ਇੱਥੋਂ ਲਾ ਕੇ ਅਤੇ ਆ ਚੁੰਝ, ਇਹ ਪਸ਼ੂ ਵਾਲਾ ਜਿਹੜਾ ਮੈਟ ਹੁੰਦਾ ਉਹਦੀ ਬਣਾਈ ਹੋਈ ਆ, ਬਾਕੀ ਆ ਸਾਰਾ ਟਾਇਰ ਦਾ। ਇਹ ਆਪਣੇ ਘਰ ਨਿੰਮ ਸੀਗੀ, ਉਹ ਸੁੱਕ ਗਈ ਅਤੇ ਉਹ ਡਿੱਗ ਪਈ, ਇਹ ਜਾਨਵਰ ਦਾ ਅਸਲੀ ਦਾ ਖੁੱਡਾ ਕੱਢਿਆ, ਫਿਰ ਮੈਂ ਉਹ ਬਣਾ ਕੇ ਇਹਦੇ ਉੱਤੇ ਲਾਤਾ ਵੀ ਉਹਦੀ ਯਾਦ ਆਸਤਰ ਹੈ ਜੂ। ਅਤੇ ਆਹ ਖਰਾਬ ਹੋਈਆਂ ਪ੍ਰਿਸਾਂ ਜੀ, ਆਹ ਇਹਨਾਂ ਦੇ ਉੱਤੇ ਮੈਂ ਪੇਂਟ ਕਰਤੀ। ਆਹ ਇੱਕ ਵੈਸੇ ਲੱਕੜ ਦਾ ਟੋਟਾ, ਇਹਦੇ ਉੱਤੇ ਪੇਂਟ ਕਰਤੀ। ਆਹ ਟਾਇਰ ਦੀ ਮਗਰਾਵੀ ਹੈ ਜੀ, ਇਹਦੀ ਆਪਣੀ ਮੈਟ ਦੀ ਮਗਰਾਵੀ ਬਣਾਈ। ਆਹ ਇਹਦੀ ਕੋਈ ਗਿਟਾਰ ਬਣਾਈ ਵੀ ਆ। ਆਹ ਚੱਕੀ ਰਹਾ ਜੀ, ਜਿਹੜੇ ਜਾਨਵਰ ਮੰਨ ਲਓ ਲੋਪ ਹੁੰਦੇ ਜਾਂਦੇ ਆ ਜੀ, ਬੱਚਿਆਂ ਨੂੰ ਨਹੀਂ ਪਤਾ, ਉਹ ਜੇ ਫਿਰ ਮੈਂ ਬਣਾ ਕੇ ਰੱਖ ਲੈਂਦਾ ਜੀ। ਆਹ ਵੀ ਜਿਹੜੀਆਂ ਪਹਿਲਾਂ ਕਾਲੀਆਂ ਜਿਹੜੀਆਂ ਹੁੰਦੀਆਂ ਸੀਗੀਆਂ, ਇਹ ਹੁਣ ਬਹੁਤ ਘੱਟ ਦਿਖਦੀਆਂ, ਇਹ ਹੈਗੀਆਂ ਪਰ ਬਹੁਤ ਘੱਟ ਆ। ਆਹ ਵੀ ਮੈਟ ਦਾ ਬਣਾਇਆ ਪਸ਼ੂਆਂ ਵਾਲੇ ਦਾ। ਇਹ ਤਿਤਲੀ ਦੇ ਜਿਹੜੇ ਪਰ ਆ, ਇਹ ਗੱਤੇ ਦੇ ਆ, ਆਹ ਤਿਤਲੀ ਮੈਟ ਦੀ ਕੋਈ ਆ। ਆਹ ਬੁਲਬੁਲ ਦਾ ਆਲਣਾ, ਇਹ ਮੈਂ ਇਹਦੇ ਵਿੱਚ ਲਾ ਕੇ, ਇਹ ਮੰਨ ਲਓ ਜਿਹੜੀ ਆਹ ਨਿੰਮ ਦਾ ਟੋਟਾ ਜੀ, ਇਹ ਉਸ ਦਾ ਹੀ ਹਿੱਸਾ। ਛੋਟੇ ਹੁੰਦਿਆਂ ਨੂੰ ਆਪਾਂ ਨੂੰ ਕਹਿੰਦੀਆਂ ਹੁੰਦੀਆਂ ਬੁੜੀਆਂ ਵੀ ਮਾਮੇ ਦੀ ਚਿੜੀ ਆ ਗਈ, ਇਹ ਉਹ ਚਿੜੀਆਂ ਜੀ ਕਾਲੀਆਂ, ਹੁਣ ਹੈ ਨਹੀਂ, ਇਹ ਬਹੁਤ ਘੱਟ ਦਿਸਦੀਆਂ। ਵਿਰਾਸਤੀ ਪੰਛੀ ਹੈ ਜਿਹੜੇ ਖਤਮ ਹੁੰਦੇ ਜਾਂਦੇ ਆ। ਆਪਣੀ ਆਮ ਦੇਸੀ ਜਿਹੜਾ ਚਿੜੀਆਂ ਹੁੰਦੀਆਂ, ਇਹ ਜਿਹੜਾ ਮੰਨ ਲਓ ਮੇਲ ਹੁੰਦਾ ਉਹ ਬਣਾਇਆ ਵਾ ਸੀਗਾ। ਇਹ ਜਿਵੇਂ ਇਸ ਤਰ੍ਹਾਂ ਲਾਉਣਾ, ਇੱਥੋਂ ਡਾਹਣੀ ਤੋਂ ਇਸ ਤਰ੍ਹਾਂ ਲਾਉਣਾ ਵੀ ਉੱਡਦਾ ਦਿਖਾਉਣਾ, ਇਹ ਜਿਵੇਂ ਨਲਕੇ ਖਤਮ ਹੋ ਗਏ ਅੱਜ ਕੱਲ੍ਹ ਬੱਚਿਆਂ ਨੂੰ ਪਤਾ ਨਹੀਂ ਵੀ ਨਲਕੇ ਹੱਥ ਨਾਲ ਚੱਲਦੇ ਹੁੰਦੇ ਸੀ ਪਹਿਲਾਂ, ਅਤੇ ਇਹ ਜਾਣੀ ਬੱਚਿਆਂ ਨੂੰ ਦਿਖਾਉਣ ਖਾਤਰ ਬਣਾਇਆ ਵੀ ਇਹ ਪਹਿਲਾਂ ਇਹ ਹੱਥ ਨਾਲ ਗੇੜ ਕੇ ਪਸ਼ੂਆਂ ਨੂੰ ਪਾਣੀ ਪਿਲਾਉਂਦੇ ਹੁੰਦੇ ਸੀ। ਉਸ ਤੋਂ ਬਾਅਦ ਫਿਰ ਨਲਕਿਆਂ ਦੇ ਉੱਤੇ, ਇਹਨਾਂ ਦੇ ਉੱਤੇ ਇੱਥੇ ਉੱਪਰ ਮੋਟਰਾਂ ਜੀਆਂ ਲੱਗ ਗਈਆਂ ਸੀਗੀਆਂ, ਇਹ ਮੈਂ ਬਣਾ ਕੇ ਲਾਤੀ, ਇਹਦੇ ਵਿੱਚ ਮੋਟਰ ਲਾਤੀ। ਇਹ ਆਈ, ਇਹ ਸਾਡੇ ਘਰ ਸੀਗਾ ਤੂਤ, ਅਤੇ ਉਹ ਤੂਤ ਵੱਢਿਆ ਸੀਗਾ, ਅਤੇ ਉਹ ਤੂਤ ਦਾ ਮੈਂ ਆ ਮੁੱਢ ਦਾ ਵੱਢ ਵੱਢ ਕੇ ਜੀ, ਅਤੇ ਇਹਦਾ ਮੈਂ ਮੇਜ਼ ਬਣਾਤਾ। ਇਹ ਫੱਟੀਆਂ ਵੀ, ਫੱਟੀਆਂ ਵੀ ਤੂਤ ਦੀਆਂ ਹੀ ਆ ਜੀ। ਇਹ ਵੀ ਮੈਟ ਦਾ ਬਣਾਇਆ, ਇਹ ਆਮ ਛੱਪੜਾਂ ਦੇ ਉੱਤੇ ਹੁੰਦੇ ਆ ਮੁਰਗੇ ਜੇ, ਇਹ ਵੀ ਮੈਟ ਦੀ ਬਣਾਈ ਵੀ ਆ। ਇਹ ਬਾਜ਼ ਬਣਾਇਆ ਹੋਇਆ ਜੀ, ਇਹ ਟਾਇਰ ਦਾ, ਇਹ VR ਵਾਲੀਆਂ ਬੋਤਲਾਂ ਦਾ ਜੀ, ਇਹਦੇ ਵਿੱਚ ਲਾਈਟਾਂ ਜਾਗਦੀਆਂ। ਉਹ ਕਲੰਗੀ ਵਾਲਾ ਤੋਤਾ ਬਣਾਇਆ ਹੋਇਆ ਜੀ, ਉਹ ਵੀ ਟਾਇਰ ਦਾ ਬਣਾਇਆ ਵਾ, ਟਾਇਰ ਦੀਆਂ ਬਣਾ ਕੇ ਚਿੜੀਆਂ ਬਿਠਾਈਆਂ ਵੀ ਆ। ਟਾਇਰ ਤੋਂ ਬਹੁਤ ਕੰਮ ਲਿਆ ਤੁਸੀਂ ਨਾ? ਹਾਂ, ਟਾਇਰ ਤੋਂ। ਟਾਇਰ ਫਿਰ ਕਿਸਾਨੀ ਵਾਲੇ ਘਰੇ ਹੁੰਦੇ ਵੀ ਬਹੁਤ ਨੇ ਫਾਲਤੂ। ਆਪਣੀ AC ਦੇ ਨਾਲ ਆਉਂਦੀ ਹੁੰਦੀ ਆ ਥਰਮਾਕੂਲ ਜੀ, ਇਹ ਉਹਦਾ ਬਣਾਇਆ ਵਾ ਕੱਟ ਕੱਟ ਕੇ। ਆਹ ਉੱਲੂ ਟਾਇਰ ਦਾ ਬਣਾਇਆ ਵਾ। ਆਹ ਮੇਚ ਆ ਜਿਹੜਾ, ਇਹ ਵੀ ਟਾਇਰ ਦਾ ਬਣਾਇਆ ਵਾ ਜੀ। ਮੰਨ ਲਓ ਵਿੱਚ ਪਲਾਈ ਲਾ ਕੇ ਜੀ, ਇਹਦੀ ਸੀਨਰੀ ਬਣਾ ਕੇ ਉੱਤੇ ਇਹਦੇ ਗਲਾਸ ਲਾ ਤਾ। ਆਹ ਜਿਹੜੀ ਕੁਰਸੀ ਆ ਜੀ, ਇਹ ਵੀ ਟਾਇਰ ਦੀ ਬਣਾਈ ਵੀ ਆ। ਇਹ ਬਹੁਤ ਮਜ਼ਬੂਤ ਆ, ਮੰਨ ਲਓ ਜਿੰਨਾ ਇਹਦੇ ਉੱਤੇ ਭਾਰਾ ਬੰਦਾ ਬਹਿ ਜਾਏ, ਜਿੰਨਾ ਮਰਜ਼ੀ ਇਹ ਹਿਲਦੀ ਨਹੀਂ। ਇਹ ਜਿਹੜਾ ਤੋਤਾ ਜੀ, ਇਹ ਵੀ ਟਾਇਰ ਦਾ ਬਣਾਇਆ ਵਾ। ਆਹ ਵੀ ਟਾਇਰ ਦਾ ਜੀ। ਇਹ ਹੈਗਾ ਜੀ ਜਿਹੜਾ ਪੁਰਾਣੇ ਤੌਲੀਏ ਹੁੰਦੇ ਆ, ਤੌਲੀਆਂ ਨੂੰ ਸੀਮੈਂਟ ਦੇ ਵਿੱਚ ਮੰਨ ਲਓ ਵੀ ਲਵੇੜ ਕੇ ਬਾਲਟੀ ਦੇ ਉੱਪਰ ਪਾਤਾ, ਅਤੇ ਜਦੋਂ ਉਹ ਸੁੱਕ ਗਿਆ ਫਿਰ ਉਹਦੇ ਉੱਤੇ ਪੇਂਟ ਕਰਤਾ ਜੀ। ਜਮਾਂ ਨਹੀਂ ਲੱਗਦਾ ਵੀ ਇਹ ਕੱਪੜੇ ਦਾ ਬਣਿਆ ਵਾ। ਹਾਂ, ਇਹ ਜਿਹੜਾ ਇਹ ਲੱਕੜ ਦਾ, ਜਿਹਨੂੰ ਪਹਿਲਾਂ ਵੁੱਡ ਪੈਕਰ ਵੀ ਕਹਿ ਦਿੰਦੇ ਆ, ਆਮ ਪਿੰਡਾਂ ਦੇ ਵਿੱਚ ਲੱਕੜਹਾਰਾ ਕਹਿੰਦੇ ਹੁੰਦੇ ਜੀ, ਜਾਂ ਚੋਰ ਚਪਾਈ ਵੀ ਕਹਿ ਦਿੰਦੇ ਸੀ। ਚੋਰ ਚਪਾਈ ਇਹਨੂੰ ਤਾਂ ਕਹਿੰਦੇ ਸੀ, ਜਦੋਂ ਆਪਾਂ ਇਹਨੂੰ ਦੇਖਦੇ ਸੀ ਨਾ, ਇਹ ਦਰਖਤ ਦੇ ਦੂਜੇ ਪਾਸੇ ਹੋ ਜਾਂਦਾ ਸੀ। ਚਪਾਹੀ ਇਹਨੂੰ ਤਾਂ ਕਹਿੰਦੇ ਸੀ ਕਿ ਅੱਗੇ ਚਪਾਹੀਆਂ ਦੇ ਸਿਰ 'ਤੇ ਲਾਲ ਜਾਂ ਇੱਕ ਪੱਗ ਦੇ ਵਿੱਚ ਝਾਲਰ ਹੁੰਦੀ, ਝਾਲਰ ਜੀ ਨਹੀਂ ਬੋਦਾ ਜਿਹਾ ਹੁੰਦਾ ਜੀ ਪਹਿਲਾਂ, ਜਿਹੜੀਆਂ ਬਣੀਆਂ ਬਣਾਈਆਂ ਪੱਗਾਂ ਹੁੰਦੀਆਂ ਸੀ। ਇਹ ਵੀ ਗਾਇਬ ਹੋ ਗਏ, ਇਹ ਵੀ ਮੈਂ ਤਾਂ ਬਣਾਇਆ ਵੀ ਬੱਚੇ ਦੇਖਣਗੇ, ਅਤੇ ਉਹ ਦੋ ਲੱਕੜ ਦੇ ਵਿੱਚੋਂ ਉਹਦੇ ਬੱਚੇ ਆ, ਉਹ ਮੂੰਹ ਕੱਢੀ ਜਾਂਦੇ ਆ ਬਾਹਰ, ਉਹ ਚੋਗਾ ਦਿੰਦਾ ਉਹਨਾਂ ਨੂੰ। ਉੱਪਰ ਆ ਜਿਹੜਾ ਉਹ ਪੁਰਾਣੇ ਲੈਂਪ ਦਾ ਥੱਲਾ ਜੀ, ਉਹਦੇ ਵਿੱਚ ਲਾਈਟ ਲਾਈ ਗਈ। ਅਤੇ ਇਹ ਗਮਲਾ ਜੀ ਜਿਹੜਾ, ਇਹ ਵੀ ਇਹਦਾ ਲਾਇਆ ਵਾ, ਤੌਲੀਏ ਦਾ ਬਣਾਇਆ ਵਾ, ਸੀਮੈਂਟ 'ਚ ਭਿਉਂ ਕੇ।
ਇਹ ਜਿਹੜੇ ਸਾਈਕਲ ਆ ਇਹ ਸਾਈਕਲ ਤਾਰ ਦੇ ਬਣਾਏ ਹੋਏ ਆ ਤੇ ਇਹ ਲੋਕ ਤੁਹਾਡੇ ਤੋਂ ਬਣਵਾਉਂਦੇ ਵੀ ਹੋਣਗੇ ਦੇਖ ਕੇ ਜਿੰਨੀਆਂ ਤੁਸੀਂ ਚੀਜ਼ਾਂ ਬਣਾਈਆਂ ਨੇ ਬਥੇਰੇ ਕਹਿੰਦੇ ਆ ਯਾਰ ਸਾਨੂੰ ਬਣਾ ਦੇ ਸਾਨੂੰ ਬਣਾ ਦੇ ਪਰ ਜੇ ਕਿਸੇ ਨੂੰ ਆਪਾਂ ਐਂ ਬਣਾ ਕੇ ਦੇ ਦਈਏ ਉਹ ਸਾਂਭ ਸੰਭਾਲ ਨਹੀਂ ਕਰਨਾ ਮੰਗਦੇ ਬਥੇਰੇ ਆ ਤੋਤੇ ਮੈਂ ਬਹੁਤ ਨੂੰ ਬਣਾ ਕੇ ਦਿੱਤੇ ਆ ਇਹੋ ਜਿਹੇ ਵੀ ਹੋਣਗੇ ਜਿਹੜੇ ਕਹਿੰਦੇ ਹੋਣਗੇ ਸਾਨੂੰ ਪੈਸੇ ਲੈ ਲਓ ਪਰ ਸਾਨੂੰ ਦੇ ਦਿਓ ਮਾਂ ਹਾਂ ਬਥੇਰੇ ਕਹਿੰਦੇ ਆ ਵੀ ਯਾਰ ਸਾਨੂੰ ਆਹ ਬਣਾ ਦੇ ਦਿੱਤੇ ਬਣਾ ਕੇ ਤੁਸੀਂ ਕੁਛ ਬਣਾ ਕੇ ਦਿੱਤੇ ਆ ਪਰ ਮੈਂ ਕਿਸੇ ਤੋਂ ਪੈਸੇ ਨਹੀਂ ਲਏ ਮੈਂ ਉਹ ਵੀ ਫ੍ਰੀ ਦੇ ਦਿੰਦਾ ਜੇ ਕੋਈ ਪੈਸਾ ਲਿਆ ਕਰੋ ਜੇ ਕੋਈ ਕਹਿ ਦਿੰਦਾ ਹੁਣ ਮੈਂ ਇੱਕ ਮੁੰਡੇ ਨੂੰ ਸਾਈਕਲ ਬਣਾ ਕੇ ਦਿੱਤਾ ਜੀ ਬਹੁਤ ਸੋਹਣਾ ਉਹਦੇ ਟੋਕਰੀ ਟੁਕਰੀ ਵੀ ਲਾਈ ਸੀ ਰਿਸ਼ਤੇਦਾਰ ਵੀ ਲੈ ਜਾਂਦੇ ਆ ਤੋਤੇ ਮੈਂ ਬਹੁਤ ਬਣਾਏ ਜੋ ਬਸ ਐਂ ਕੋਈ ਨਾ ਕੋਈ ਲਾਇਆ ਸੇਵਾ ਹੀ ਕੀਤੀ ਹਾਂ ਇਹ ਵੀ ਲੱਕੜ ਦਾ ਬਣਾਇਆ ਵਾ ਜੀ ਤੂਤ ਦੀ ਲੱਕੜ ਦਾ ਇਹ ਹੱਥ ਦੀਆਂ ਬਣੀਆਂ ਚੀਜ਼ਾਂ ਤਾਂ ਕੋਈ ਮੁੱਲ ਹੀ ਨਹੀਂ ਅੱਜ ਹਾਂਜੀ ਹਾਂਜੀ ਅਤੇ ਪਹਿਲਾਂ ਬੁਣੀਆਂ ਕਾਜ ਕੂਜ ਭਿਉਂ ਕੇ ਕਾਜ ਨਹੀਂ ਪਾ ਕੇ ਉਹਦੀਆਂ ਬਣਾਉਂਦੇ ਬਹੁਤ ਪੁਰਾਣੇ ਆ ਜੀ ਉਹ ਜ਼ਿਆਦਾ 50-60 ਸਾਲ ਪੁਰਾਣੇ ਹੋਣ ਅੱਗੇ ਮੰਨ ਲਓ ਵੀ ਬੁੜੀਆਂ ਆਪਦੀਆਂ ਕੁੜੀਆਂ ਨੂੰ ਗਾਹਾਂ ਦੀ ਗਾਹਾਂ ਦਾਜ 'ਚ ਦੇਈ ਜਾਂਦੀਆਂ ਇਹੋ ਜਿਹੀਆਂ ਚੀਜ਼ਾਂ ਇਹ ਐਂ ਵਿਰਸੇ 'ਚ ਪੁਰਾਣੀਆਂ ਦੁਰੀਆਂ ਹੁੰਦੀਆਂ ਇਹ ਪਤਾ ਨਹੀਂ ਕਦੋਂ ਕਦੇ ਹੋਣਗੇ ਪੇਂਟ ਕਰਕੇ ਫਿਰ ਮੈਂ ਇੱਥੇ ਡੰਗ 'ਤੇ